ਟੈਲੀਫੋਨ ਕੱਟਦਾ ਹੁਣ ਘਰੇ ਜਾਊ ਇਹਨੇ ਨੀ ਮਰਨ ਦੇਣਾ ਪ੍ਰਾਣ ਗਾਤਿਆ ਕੇ ਛੱਡੂ ਵਿਕਰ ਸਿਓ ਸੜਿਆ ਮੇਰਾ ਨਾਂ ਮੈਂ ਤਾਂ ਕਰ ਦੇਣਾ ਸਰਕੰਨਾ ਦੇ ਵਿਚੋਲੇ ਸਿਆਪਿਆ ਇਸ ਮਹਿਕਮੇ ਚ ਕਿਉਂ ਭੁੜਕੀ ਜਾਂਦਾ ਬੇਜਵਾਨ ਰੱਖਤੇ ਤੁਰਿਆ ਤੁਰਿਆ ਜਾਵੇ ਫਿੱਟੇ ਮੂੰਹ ਗੋਡਿਆਂ ਦੇ ਨਾ ਤੂੰ ਤੁਰਨਾ ਸਿਖਾਏਗਾ ਮੈਨੂੰ ਮੁੰਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਗੱਲ ਹੋ ਗਈ ਵਿਕਰ ਸਿਆ ਓਏ ਅੱਜ ਤਾਂ ਚੋਰ ਦੇ ਭੁਲੇਖੇ ਸਾਹ ਕੁੱਟਿਆ ਜਾਣਾ ਐਵੇਂ ਗੁੱਸੇ ਹੋਈ ਜਾਂਦਾ ਵਿਚਾਰੇ ਦਰਖਤ ਤੇ ਦਰਖਤ ਨੂੰ ਚੋਰ ਸਾਹ ਦੀ ਕਹਾਣੀ ਬਣਾ ਲੈ ਦਿੱਤਾ ਸ਼ਾਂਤ ਹੋ ਜਾ ਸ਼ਾਂਤ ਥਾਣੇ ਦੇ ਨਵੇਂ ਇੰਚਾਰਜ ਸਾਹਿਬ ਆ ਚੁੱਕੇ ਨੇ ਅੰਦਰ ਬੈਠੇ ਨੇ ਉਹ ਵੀ ਕਿਸੇ ਗੱਲੋਂ ਪਰੇਸ਼ਾਨ ਨੇ ਲੈ ਫਿਰ ਪਰੇਸ਼ਾਨ ਕਿਉਂ ਹੈ ਆਪਾਂ ਅੰਦਰ ਚੱਲਦੇ ਹਾਂ ਨਾਲੇ ਹੈਲੋ ਸ਼ੈਲੋ ਕਰ ਆਵਾਂਗੇ ਇਹਨੂੰ ਪੁੱਛ ਮਾਰਦੀ ਆਦਤ ਹੈ ਨਾ ਉਹ ਚੱਲਦੇ ਹਾਂ ਪਰ ਅੰਦਰ ਨਾ ਜਾ ਕੇ ਖੱਪ ਪਾਈ ਜਾਇਓ ਨਹੀਂ ਪਾਉਂਦੇ ਚੁੱਪ ਕਰਕੇ ਰਹਿਣਾ ਹਜੋ ਹਾਂ ਚੱਲ ਜਨਾਬ ਸਤਿ ਸ਼੍ਰੀ ਅਕਾਲ ਕੌਣ ਮੈਂ ਜਨਾਬ ਹਾਲਰ ਵਿਕਰ ਸਿੰਘ ਮੈਂ ਜਨਾਬ ਸਪਾਈ ਪ੍ਰੇਮ ਸਿੰਘ ਅੱਛਾ ਬਾਅਦ ਚ ਮਿਲਦੇ ਹਾਂ ਤੁਹਾਡੇ ਕੰਨਾਂ ਚ ਕੌੜਾ ਤੇਲ ਪਾਉਣ ਨਾਲ ਸੈਣੇ ਕਹਿੰਦੇ ਕੰਨਾਂ ਦਾ ਦਰਦ ਠੀਕ ਹੋ ਜਾਂਦਾ ਕਿਉਂ ਜੀ ਦਰਅਸਲ ਇਹ ਜੀ ਕੋਈ ਗੱਲ ਨੀ ਗੱਲ ਇਹ ਹੈ ਮੈਂ ਹੋਇਆ ਸਿੱਧਾ ਭਰਤੀ ਤੇ ਇਸ ਮਹਿਕਮੇ ਦੇ ਕਾਇਦੇ ਕਾਨੂੰਨ ਬਾਰੇ ਮੈਨੂੰ ਕੁਝ ਵੀ ਪਤਾ ਨਹੀਂ
ਬਸ ਇੰਨੀ ਗੱਲ ਹੈ ਜਨਾਬ। ਜਨਾਬ ਤੁਸੀਂ ਕਿਸੇ ਗੱਲ ਦੀ ਚਿੰਤਾ ਨਾ ਕਰੋ ਸਾਡੇ ਹੁੰਦੇ, ਨਾਲੇ ਮਹਿਕਮੇ ਦੇ ਕਾਇਦੇ ਕਾਨੂੰਨ ਤਾਂ ਫੀਲਡ 'ਚ ਹੀ ਆ ਕੇ ਸਿੱਖੇ ਜਾਂਦੇ ਨੇ। ਨਾਲੇ ਜਨਾਬ ਮਹਿਕਮਾ ਤਾਂ ਆਪਾਂ ਨੂੰ ਰਾਈਫਲ 'ਚੋਂ ਨਹੀਂ ਸੌਂਦਾ, ਬਾਕੀ ਤਾਂ ਸਾਰਾ ਕੁਝ ਨਾ ਤਜਰਬਿਆਂ ਨਾਲ ਹੀ ਆਉਂਦਾ ਹੈ। ਆਹੋ ਜਨਾਬ, ਜਦੋਂ ਤਰ੍ਹਾਂ ਤਰ੍ਹਾਂ ਦੇ ਲੋਕਾਂ ਨਾਲ ਵਾਹ ਪਿਆ, ਬੰਦਾ ਪੈਸੇ ਲੈਣੇ ਆਪੇ ਜਨਾਬ। ਜੇ ਕਾਨੂੰਨ ਅੱਜ ਹੀ ਸਿੱਖਣਾ ਤਾਂ ਫਿਰ ਬਿਕਰ ਸਿਓ ਲਾਵੇ ਨਾਕਾ। ਤੂੰ ਤਾਂ ਮੇਰੀ ਸਾਰੀ ਟੈਨਸ਼ਨ ਹੀ ਲਾਤੀ। ਤੂੰ ਇਤਰਾਈ ਨਹੀਂ ਸਲਾਉਂਦਾ ਤੇਰੀ। ਚਲੋ ਫਿਰ ਚੱਕੋ ਡਾਂਗਾ ਲਾਈਏ ਨਾਕਾ। ਲਓ ਜਨਾਬ, ਨਾਕਾ ਲੱਗ ਚੁੱਕਾ, ਅੱਜ ਤੋਂ ਕਾਨੂੰਨ ਸਿੱਖਣ ਦੀ ਕਾਰਵਾਈ ਸ਼ੁਰੂ। ਤੇ ਮਾੜਾ ਰੱਖਿਓ ਰੋਬ ਜਨਾਬ। ਹਾਂ ਰੋਬ ਰੱਖਿਓ, ਲਾ ਲਾ ਲਓ ਜਨਾਬ। ਲੈ 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 ਜਨਾਬ, ਜਨਾਬ ਜਨਾਬ ਥੱਪ ਗਿਆ ਜੱਜ ਕੇ, ਫੇਰ ਆਉਂਦਾ ਰੋਕ ਕੇ। ਰੋਕੇ ਜਾਵੇ ਨਾ, ਜਾਵੇ ਨਾ, ਜਾਵੇ ਨਾ। ਤਾਂ ਜਨਾਬ ਵਕੀਲ ਹੈ, ਇਹਨਾਂ ਨੂੰ ਨਹੀਂ ਰੋਕਣਾ ਚਾਹੀਦਾ। ਓਏ ਜਨਾਬ, ਆਪਣੇ ਕਾਨੂੰਨ ਦੀਆਂ ਕੁੰਡੀਆਂ ਇਹ ਜੇਬ ਚ ਪਾ ਕੇ ਲਈ ਫਿਰਦੇ ਆ, ਇਹਨਾਂ ਨਾਲ ਪੰਗਾ ਨਹੀਂ ਲੈਣਾ ਚਾਹੀਦਾ। ਜਨਾਬ ਆਪਾਂ ਕੌਣ? ਪ੍ਰੈਸ। ਪ੍ਰੈਸ? ਚੱਲ ਥਾਣੇ, ਜਨਾਬ ਦੀਆਂ ਪੈਂਟਾਂ ਪ੍ਰੈਸ ਕਰਨ ਵਾਲੀਆਂ ਪੰਚਰ। ਮਤਲਬ? ਮਤਲਬ ਜੀ ਕਿਹੜੀ ਪ੍ਰੈਸ? ਸੌ ਤਰ੍ਹਾਂ ਦੀਆਂ ਪ੍ਰੈਸ ਹੈ, ਧੋਬੀ ਵਾਲੀ ਪ੍ਰੈਸ, ਪ੍ਰਿੰਟਿੰਗ ਪ੍ਰੈਸ, ਆਪਣੀ ਕਿਹੜੀ ਪ੍ਰੈਸ ਹੈ? ਪ੍ਰੈਸ ਰਿਪੋਰਟਰਾਂ ਪੱਤਰਕਾਰਾਂ। ਅਰੇ ਅਰੇ ਜਨਾਬ, ਤੁਸੀਂ ਮੈਨੂੰ ਪਹਿਲਾਂ ਕਿਉਂ ਨਾ ਦੱਸਦੇ ਹੋ? ਜਾਓ 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 ਜਾਓ। ਜਨਾਬ ਇਹਨਾਂ ਨਾਲ ਨਹੀਂ ਪੰਗਾ ਲੈਣਾ ਚਾਹੀਦਾ, ਇਹਨਾਂ ਦਾ ਰੱਬ ਵੀ ਡਰਦਾ ਹੈ। ਜਨਾਬ ਇਹ ਤਾਂ ਬੰਦੇ ਦੀ ਇਹੋ ਜਿਹੀ ਫੱਟੀ ਪੋਚਦੇ ਆ ਵੀ ਬੰਦਾ ਸਾਰੀ ਉਮਰ ਊੜਾੜਾ ਲਿਖਣਾ ਭੁੱਲ ਜਾਂਦਾ ਜੀ। ਰੋਕ ਲਓ, ਆ ਗਿਆ ਆ ਗਿਆ ਆ ਗਿਆ। ਓਏ ਆ ਕਿੱਥੋਂ ਆ ਗਏ? ਜਨਾਬ ਇਹ ਤਾਂ ਸੱਚਮੁੱਚ ਕੋਈ ਗੁੰਡਾ ਲੱਗਦਾ ਜੀ। ਚਲੋ ਇਹਦੀ ਜਾਮਾ ਤਲਾਸ਼ੀ ਲਓ। ਤੂੰ ਤਾਂ ਇੱਕ ਹੋਰ ਗੁਨਾਹ ਕਰਤਾ,
ਗੌਰਮੈਂਟ ਤੇ ਰੋਕ ਪਾਉਣਾ, ਗੌਰਮੈਂਟ ਦੇ ਕੰਮ ਚ ਦਖਲ ਅੰਦਾਜ਼ੀ ਕਰਕੇ ਇੱਕ ਹੋਰ ਵੱਡਾ ਗੁਨਾਹ, ਤੇਰੇ ਤੇ ਤਾਂ ਪਰਚਾ ਦਰਜ ਹੋਊ, ਐਡਾ ਵੱਡਾ ਪਰਚਾ। ਜਨਾਬ ਜੀ ਪਰਚਾ ਥੋੜਾ ਛੋਟਾ ਕਰ ਲੋ ਜੀ, ਪਹਿਲੇ ਬੱਚਾ ਵੀ ਨਿਆਣਾ ਜੀ, ਉਹਦੀ ਮਾਂ ਦੀ ਕੁਆਰੀ ਆ। ਐਦੂ ਘੱਟ ਤਾਂ ਹੋ ਹੀ ਨਹੀਂ ਸਕਦਾ, ਏਦਾਂ ਹੀ ਹੋਊ। ਜਨਾਬ ਐਡਾ ਗਨਾਹ ਨਹੀਂ ਫਿਰਦਾ ਜਨਾਬ। ਉਹ ਜਨਾਬ ਜੀ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਜੀ, ਜਨਾਬ ਮੈਂ ਨਾ ਜੀ ਆਪਣੇ ਅਣਜੰਮੇ ਬੱਚੇ ਵਾਸਤੇ ਅਣਜੰਮਿਆ ਖੜਿਆਉਣਾ ਖਰੀਦ ਕੇ ਲੈ ਕੇ ਆਇਆ ਜੀ। ਓਏ ਸਾਨੂੰ ਕੀ ਪਤਾ ਖਰੀਦ ਕੇ ਲੈ ਕੇ ਚੋਰੀ ਕਰਕੇ ਲੈ ਆਇਆ ਜਨਾਬ, ਤੁਹਾਡੀ ਸੌਂ ਲੱਗੀ ਜੀ, ਮੈਨੂੰ ਖਰੀਦ ਕੇ ਲੈ ਕੇ ਆਇਆ ਜੀ। ਐਂ ਕਿਵੇਂ ਹੋ ਸਕਦਾ ਜੀ, ਖਰੀਦ ਕੇ ਲੈ ਰਸੀਦ ਖਾ। ਰਸੀਦ ਜੀ ਬਾਬਾ ਉਹ ਤਾਂ ਰਸੀਦ ਤਾਂ ਜੀ ਮੈਨੂੰ ਦਿੱਤੀ ਨੀ ਜੀ ਉਹਨੇ। ਓਏ ਇਹ ਤਾਂ ਤੂੰ ਹੋਰ ਵੀ ਗੁਨਾਹ ਕਰ ਬੈਠਾ, ਦੁਕਾਨਦਾਰਾਂ ਦੀ ਟੈਕਸ ਚੋਰੀ ਕਰਨ 'ਚ ਮਦਦ ਕਰਦਾ। ਮੈਂ ਸੱਚ ਬੋਲਦਾ ਜੀ, ਮੈਂ ਕੋਈ ਗੁਨਾਹ ਨਹੀਂ ਕੀਤਾ, ਸੱਚੀ ਗੱਲ ਹੈ ਜੀ। ਜਨਾਬ ਆਹ ਤਾਂ ਉੱਦੂ ਵੱਡਾ ਅਪਰਾਧ ਹੈ, ਤੇ ਜਵਾਨ ਜਾਨਵਰ ਨੂੰ ਕੈਦ ਕਰੀ ਫਿਰਦਾ। ਜਨਾਬ ਕੀ ਕਰੀਏ ਫਿਰ, ਬੰਦ ਕਰੋ ਉਧਰ। ਜਨਾਬ ਛੱਡੋ ਪਰਾ, ਕਾਹਨੂੰ ਬੰਦ ਕਰਨਾ, ਕੀ ਬੇਜਵਾਨ ਕਸੂਰ ਦਾ ਆਪਣੇ ਇਲਾਕੇ ਚ ਉਹ ਕਿਤੇ ਨੀਂਹ ਪੱਥਰ ਰੱਖਣਾ, ਨਾਲੇ ਉੱਥੇ ਮੁਲਾਜ਼ਮ ਵੀ ਭੇਜਣੇ ਪੈਣਗੇ ਆਪਾਂ ਨੂੰ। ਜਨਾਬ ਇਹਨੂੰ ਵੀ ਛੱਡੀਏ ਆਪਾਂ, ਮੰਤਰੀ ਸਾਹਿਬ ਇੱਧਰ ਵੀ ਗੇੜਾ ਮਾਰ ਸਕਦੇ ਨੇ। ਚਲੋ ਆ ਗਿਆ ਜਨਾਬ। ਹਾਂ ਬਈ ਕਿਵੇਂ ਆ, ਮਾਫ ਕਰੀ ਯਾਰ ਤੈਨੂੰ ਐਵੇਂ ਅਸੀਂ ਖੱਜਲ ਖਵਾਰ ਕੀਤਾ, ਤੂੰ ਜਾ ਹੁਣ। ਜਾਮਾ ਜੇ ਤੁਸੀਂ ਮੈਨੂੰ ਭੇਜਣਾ ਸੀ ਤੇ ਫਿਰ ਫੜੇ ਕਿਉਂ ਸੀ? ਵੜਤਾ ਅਸੀਂ ਜਿਹਨੂੰ ਮਰਜ਼ੀ ਸਕਦੇ ਹਾਂ, ਹੁਣ ਸਾਡੀ ਤਬਦੀਲ ਪੂਰੀ ਹੋ ਗਈ। ਜੇ ਤੁਹਾਡੀ ਤਬਦੀਲ ਹੋ ਗਈ ਤਾਂ ਤੁਸੀਂ ਮੇਰਾ ਖੜਿਆਉਣਾ ਦਿਓ, ਜਿਹੜੀ ਮੇਰੀ ਅਮਾਨਤ ਸੀ ਤੁਹਾਡੇ ਕੋਲ, ਤੇ ਮੈਂ ਜਾਮਾ ਫਿਰ ਆਉਂਦਾ। ਉਹ ਤਾਂ ਨਹੀਂ ਯਾਰ ਮਿਲ ਸਕਦਾ, ਤੂੰ ਪੈਸੇ ਲੈ ਲਾ। ਨਾ ਜੀ ਨਾ, ਪੈਸੇ ਨਹੀਂ ਲੈਣੇ, ਤੁਸੀਂ ਮੈਨੂੰ ਮੇਰੀ ਅਮਾਨਤ ਦੇ ਦਿਓ, ਬਸ ਮੈਂ ਜਾਮਾ। ਤੂੰ ਜਾਂਦਾ ਕਿ ਨਹੀਂ ਪਾਵਾਂਗੇ ਸੱਚੀ ਮੁੱਚੀ ਦਾ? ਮੈਂ ਨਹੀਂ ਜਾਂਦਾ, ਆ ਬੈਠਾ ਮੈਂ ਨਹੀਂ ਜਾਂਦਾ, ਮੈਂ ਤਾਂ ਇੱਥੇ ਹੀ ਰਹੂੰ, ਇੱਥੇ ਰੋਟੀਆਂ ਖਾਇਆ ਕਰੂੰ ਥਾਣੇ ਦੀਆਂ। ਹਾਏ ਹਾਏ ਓਏ, ਇੰਨੀਆਂ ਸਵਾਦ ਰੋਟੀਆਂ ਥਾਣੇ ਦੀਆਂ।
ਓਏ ਤੂੰ ਜਾਂਦਾ ਕਿਵੇਂ ਨਹੀਂ? ਮੈਂ ਨਹੀਂ ਜਾਂਦਾ, ਮੈਂ ਨਹੀਂ ਜਾਂਦਾ, ਮੈਂ ਤਾਂ ਤੁਸੀਂ ਜਿੰਨਾ ਮਰਜ਼ੀ ਜੋਰ ਲਾਓ ਮੈਂ ਨਹੀਂ ਜਾਂਦਾ, ਮੈਂ ਨਹੀਂ ਜਾਂਦਾ, ਮੈਂ ਨਹੀਂ ਜਾਂਦਾ, ਮੈਂ ਨਹੀਂ ਜਾਂਦਾ, ਮੈਂ ਨਹੀਂ ਜਾਂਦਾ। ਆ ਬਲਾ ਲਾਈ ਹੈ ਜਨਾਬ, ਓਹ ਜਨਾਬ ਫੇਰ ਆ ਗਿਆ, ਓਏ ਫੇਰ ਆ ਗਿਆ ਜਨਾਬ, ਮੈਂ ਨਹੀਂ ਜਾਂਦਾ, ਮੈਂ ਤਾਂ ਆਈ ਗੰਦ ਪਾਉਂਦਾ, ਮੈਂ ਤਾਂ ਜਾਂਦਾ ਨਹੀਂ। ਗੋਲੀ ਨਾਲ ਹੀ ਮੰਤਰੀ ਬਣੇ ਨੇ, ਲੋਕ ਭਲਾਈ ਦਾ ਹਰੇ ਕੋਈ ਕੰਮ ਨਹੀਂ ਕੀਤਾ, ਪੀਣਾ ਪੀਣਾ ਸਵੇਰੇ ਸ਼ੁਰੂ ਕਰ ਪੀਏ। ਮੇਰਾ ਮਤਲਬ ਜਨਾਬ, ਪਿੰਡ ਦੇ ਵਿਚਾਲੇ ਲੋਕਾਂ ਦੇ ਸਾਹਮਣੇ ਕਿਵੇਂ ਪੀਵਾਂਗੇ? ਕੋਠੀ ਚੱਲ ਕੇ ਪੀਵਾਂਗੇ, ਉਰੇ ਤਾਂ ਸਵੇਰੇ ਸਵੇਰੇ ਤਾਂ ਸਰ ਲੱਸੀ ਜੂਸ ਠੰਡਾ ਚਾਹ ਵਗੈਰਾ ਵਗੈਰਾ ਪੀਂਦੇ ਨੇ। ਸ਼ਟ ਅਪ, ਮੈਂ ਉਸ ਪੀਣ ਦੀ ਗੱਲ ਨਹੀਂ ਕਰ ਰਿਹਾ। ਹੋਰ ਕਿਹੜੇ ਪੀਣ ਦੀ ਗੱਲ ਕਰ ਰਿਹਾ? ਮੈਂ ਕਹਿ ਤੈਨੂੰ ਪੀਏ, ਪਰਸਨਲ ਅਸਿਸਟੈਂਟ। ਯੈਸ ਸਰ। ਤੂੰ ਮੇਰਾ ਪੀਏ ਨਹੀਂ? ਯੈਸ ਸਰ। ਮੈਂ ਤੈਨੂੰ ਬੁਲਾਇਆ ਸੀ। ਹੁਕਮ ਕਰੋ ਜਨਾਬ, ਲੋਕ ਕਿਉਂ ਨਹੀਂ ਆਏ ਇੱਥੇ? ਜਨਾਬ, ਮੈਂ ਲੋਕਾਂ ਨੂੰ ਆਖਿਆ ਸੀ, ਪੂਰੇ ਪਿੰਡ ਦੀ ਪੰਚਾਇਤ ਨੂੰ ਆਖਿਆ ਸੀ, ਮੁੰਡੇ ਖੁੰਡਿਆਂ ਨੂੰ ਆਖਿਆ ਸੀ, ਬਈ ਤੁਸੀਂ ਟੈਂਟ ਲਗਾ ਕੇ ਰੱਖਿਓ, ਮੰਤਰੀ ਜੀ ਨੇ ਆਪਣਾ ਭਾਸ਼ਣ ਦੇਣ ਲਈ ਆਉਣਾ ਹੈ। ਪਰ ਇੱਥੇ ਲੋਕ ਕਿਉਂ ਨਹੀਂ ਆਏ? ਉਹਨਾਂ ਨੂੰ ਕੀ ਸੱਪ ਸੁੰਘ ਗਿਆ? ਇੱਥੇ ਤਾਂ ਕੋਈ ਉੱਲੂ ਵੀ ਬੋਲਦਾ ਨਹੀਂ ਦਿਖਦਾ। ਜਿੱਥੇ ਤੇਰੇ ਵਰਗੇ ਉੱਲੂ ਨੇ ਬੋਲਣਾ ਹੋਵੇ, ਉੱਥੇ ਲੋਕ ਕਿਵੇਂ ਬੋਲ ਸਕਦੇ ਨੇ? ਮੇਰਾ ਜਨਾਬ, ਜਿੱਥੇ ਤੁਹਾਡੇ ਵਰਗੇ ਮਹਾਨ ਨੇਤਾ ਨੇ ਬੋਲਣਾ ਹੋਵੇ, ਉੱਥੇ ਪਿੰਡ ਵਾਲੇ ਉੱਲੂ ਦੇ ਪੱਠੇ ਕਿਵੇਂ ਬੋਲ ਸਕਦੇ ਨੇ? ਫਿਰ ਲੋਕ ਕਿਉਂ ਨਹੀਂ ਆਏ ਇੱਥੇ? ਉਹ ਵੇਖੋ ਜਨਾਬ, ਇੱਕ ਬੰਦਾ ਤੁਹਾਡੇ ਦਰਦਾਰ ਲਈ, ਯਾਨੀ ਕਿ ਤੁਹਾਡੇ ਦਰਸ਼ਨਾਂ ਲਈ ਆ ਵੀ ਗਿਆ। ਸਤਿ ਸ੍ਰੀ ਅਕਾਲ ਜੀ। ਇਹ ਸਾਡੇ ਨੇਤਾ ਜੀ ਤੁਹਾਡੇ ਵਾਸਤੇ ਬਹੁਤ ਵਧੀਆ ਨਵੀਆਂ ਤਾਜ਼ੀਆਂ ਸਕੀਮਾਂ ਲੈ ਕੇ ਆਏ ਨੇ ਨੇਤਾ ਜੀ। ਬੋਲੋ। ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡੇ ਲਈ ਵਧੀਆ ਵਧੀਆ ਨਵੀਆਂ ਨਵੀਆਂ ਸਕੀਮਾਂ ਲੈ ਕੇ ਆਇਆ ਜੀ। ਤੁਹਾਡੇ ਵਾਸਤੇ ਸਕੀਮਾਂ, ਸਾਡੇ ਲਈ ਸਕੀਮਾਂ, 5 ਸਾਲ ਸਕੀਮਾਂ ਹੀ ਲਾਉਂਦੇ ਰਿਹਾ ਕਰੋ, ਕਰਿਓ ਕੁਛ ਨਾ। ਕਿਉਂ ਨਹੀਂ ਕੀਤਾ, ਕਿਉਂ ਨਹੀਂ ਕੀਤਾ? ਅਸੀਂ ਤੁਹਾਡੇ ਵਾਸਤੇ ਮੁਫਤ ਬਿਜਲੀ ਲਿਆਂਦੀ ਹੈ। ਮੁਫਤ ਬਿਜਲੀ? 24 ਘੰਟੇ ਚਾਹੀਦੀ ਹੈ, 24 ਘੰਟੇ। ਬੜਾ ਔਖਾ ਬੋਲਦਾ ਸੀ ਨੇਤਾ ਜੀ, ਜੇਕਰ ਇਸ ਤਰ੍ਹਾਂ ਹੀ ਲੋਕ ਔਖੇ ਹੋ ਕੇ ਬੋਲਣ ਲੱਗ ਪਏ, ਸਮਝੋ ਮੰਜੀ ਮੁੱਦੀ ਵੱਜੀ ਲੈ। ਮੰਜੀ ਮੁੱਦੀ? ਮੇਰਾ ਮਤਲਬ ਨੇਤਾ ਜੀ, ਦੇਖੋ ਇਹ ਕਿੱਡਾ ਮੂਰਖ ਬੰਦਾ ਹੈ, ਮੰਜੀ ਚੱਕ ਕੇ ਅੰਦਰ ਭੱਜ ਗਿਆ, ਗਰਮੀ 'ਚ ਹਵਾ ਵਾਲੇ ਤੁਹਾਡਾ ਠੰਡਾ ਮਿੱਠਾ ਭਾਸ਼ਣ ਸੁਣਦਾ, ਪਰ ਹੈ ਬੇਵਕੂਫ, ਭਾਵੇਂ ਅੰਦਰ ਮਰੀ ਜਾਵੇ, ਮਰ ਜਾਣ ਦਿਓ, ਕੋਈ ਲੋੜ ਨਹੀਂ। ਤੁਸੀਂ ਫਿਕਰ ਨਾ ਕਰੋ ਨੇਤਾ ਜੀ, ਕੋਈ ਨਾ ਕੋਈ ਹੋਰ ਫਸ ਜਾਓ, ਮੇਰੇ ਮਤਲਬ ਕੋਈ ਆਉਣ ਵਾਲਾ, ਉਹ ਵੇਖੋ ਸਾਹਮਣੇ ਸਾਈਕਲ ਵਾਲਾ ਹੁੰਦਾ, ਮੰਤਰੀ ਦੌਰਾ ਸਫਲ ਹੋਣਾ ਚਾਹੀਦਾ, ਕਿਤੇ ਹੋਰ ਨਾ ਮੰਤਰੀ ਨੂੰ ਦੌਰਾ ਪੈ ਜਾਏ। ਆਓ ਜੀ, ਆਓ ਜੀ, ਸਾਈਕਲ ਵਾਲਾ ਨੇ ਲੰਘ ਜੀ, ਆਜੋ ਜੀ, ਆਜੋ, ਲੰਘ ਨਾ ਜਾਣ ਕਿਤੇ, ਰੁਕ 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 ਰੁਕ। ਸਤਿ ਸ੍ਰੀ ਅਕਾਲ ਜੀ। ਜਨਾਬ, ਇਹ ਸਾਡੇ ਮੰਤਰੀ ਜੀ ਨੇ, ਇਹ ਬਹੁਤ ਵਧੀਆ ਤੁਹਾਡੇ ਵਾਸਤੇ ਸਕੀਮਾਂ ਲੈ ਕੇ ਆਨੇ, ਹੁਣੇ ਤੁਹਾਨੂੰ ਸੁਣਾਉਣਗੇ ਮੰਤਰੀ ਜੀ। ਮੈਂ ਤੁਹਾਡੇ ਲਈ ਆਟੇ ਦਾਲ ਦਾ ਪ੍ਰਬੰਧ ਕਰਾਂਗਾ ਜੀ। ਓ ਜੀ, ਤੁਸੀਂ ਸਾਡੇ ਆਟੇ ਦਾਲ ਦਾ ਪ੍ਰਬੰਧ ਕੀ ਕਰਨਾ? ਅਸੀਂ ਅੰਨ ਪੈਦਾ ਕਰਕੇ ਸਾਰੇ ਦੇਸ਼ ਦਾ ਢਿੱਡ ਭਰਦੇ ਹਾਂ। ਯਾਨੀ ਕਿ ਅੰਨਦਾਤਾ? ਅੰਨਦਾਤਾ ਤਾਂ ਫੇਰ ਹੀ ਆ ਜੇ ਸਾਨੂੰ ਅੰਨਦਾਤਾ ਰਹਿਣ ਦੇਵੋ। ਸਾਡੀ ਮੋਟਰ ਸੜੀ ਪਈ ਆ, ਡੀਜ਼ਲ ਮਹਿੰਗਾ ਹੋਇਆ ਪਿਆ, ਬਿਜਲੀ ਆਉਂਦੀ ਨਹੀਂ, ਇਧਰ ਕੱਸੀ ਮਰੀ ਪਈ ਆ। ਕੱਸੀ ਮਰ ਗਈ? ਲੋ, ਕੱਸੀ ਨੂੰ ਮਰੇ ਹੋਏ ਕਿੰਨਾ ਚਿਰ ਹੋ ਗਿਆ, ਜਨਾਬ ਨੂੰ ਹੁਣ ਪਤਾ ਲੱਗਿਆ।
ਬੜਾ ਅਫਸੋਸ ਹੋਇਆ ਜੀ, ਕੱਸੀ ਮਰਨ ਦਾ। ਸਸਕਾਰ ਹੋ ਗਿਆ ਜੀ, ਭੋਗ ਕਦੋਂ ਹੈ ਜੀ? ਮੈਂ ਭੋਗ ਤੇ ਆਵਾਂਗਾ ਜੀ ਆਪਣਾ ਭਾਸ਼ਣ ਦੇ, ਮੇਰਾ ਮਤਲਬ ਸ਼ਰਧਾ ਦੇ ਫੁੱਲ ਭੇਟ ਕਰਨ ਜੀ। ਆਖਿਰ ਨੂੰ ਕੱਸੀ ਸਾਡੀ ਵੀ ਤਾਂ ਕੁਝ ਲੱਗਦੀ ਸੀ, ਸਾਡੀ ਜਨਤਾ ਤੱਕ ਹਿੱਸਾ ਸੀ ਕੱਸੀ। ਜਨਾਬ ਕੀ ਭੋਗ, ਮੇਰਾ ਮਤਲਬ ਕੀ ਭਾਸ਼ਣ ਦੇਈ ਜਾਂਦੇ ਹੋ ਜਨਾਬ? ਕੱਸੀ ਵਿੰਜ ਨਹਿਰ ਸੂਆ ਨਦੀ ਨਾਲਾ ਪਾਣੀ, ਪਾਣੀ ਮੀਨ ਖਾਲ ਖਾਲ ਤੋਂ ਖੇਤ, ਖੇਤ ਵੀ ਖਾਲੀ, ਖਾਲ ਵੀ ਖਾਲੀ। ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਤੁਸੀਂ ਪਹਿਲਾਂ ਪੁੱਛਿਆ ਨਹੀਂ ਜਨਾਬ। ਮੈਂ ਤਾਂ ਸੋਚਿਆ ਕਿਤੇ ਕੱਸੀ ਇਹਦੀ ਘਰਵਾਲੀ ਦਾ ਨਾਂ ਹੈ, ਇਹਦੀ ਵਾਈਫ ਦਾ ਨਾਂ ਹੈ, ਪਰ ਮੈਨੂੰ ਪੱਕਾ ਯਕੀਨ ਹੈ ਕਿ ਕੱਸੀ ਨੂੰ ਮਾਰਨ ਪਿੱਛੇ ਵਿਰੋਧੀ ਪਾਰਟੀ ਦੀ ਸਰਕਾਰ ਦਾ ਹੱਥ ਹੈ। ਮੈਂ ਇਹਦੀ ਜਾਂਚ ਕਰਵਾਵਾਂਗਾ, ਇਹਦੀ ਪੜਤਾਲ ਕਰਵਾਵਾਂਗਾ, ਮੈਂ ਕਮਿਸ਼ਨ ਉਠਾਵਾਂਗਾ, ਉਹਦੇ ਉੱਤੇ ਹੋਰ ਕਮਿਸ਼ਨ ਉਠਾਵਾਂਗਾ, ਫਿਰ ਇੱਕ ਹੋਰ ਕਮਿਸ਼ਨ ਉਠਾਵਾਂਗਾ, ਮੈਂ ਕਮਿਸ਼ਨੋਂ ਕਮਿਸ਼ਨ ਹੀ ਹੋ ਜਾਵਾਂਗਾ ਤੇ ਫਿਰ ਆਪ ਕਮਿਸ਼ਨ ਖਾਵਾਂਗਾ। ਮੇਰਾ ਮਤਲਬ ਹੈ ਜੀ, ਮੈਂ ਇਹਦੀ ਇਸ ਕੇਸ ਦੀ ਇੰਨੀ ਜਾਂਚ ਕਰਵਾਵਾਂਗਾ, ਗਹਿਰਾਈ ਤੱਕ ਜਾਵਾਂਗਾ, ਗਹਿਰਾਈ ਤੱਕ, ਡੂੰਘਾਈ ਤੱਕ, ਹੋਰ ਡੂੰਘਾਈ ਤੱਕ, ਹੋਰ ਗਹਿਰਾਈ ਤੱਕ। ਓ ਜਨਾਬ, ਇੰਨੇ ਡੂੰਘੇ ਨੇ ਜਾਓ ਥੱਲੇ ਪੱਤਣ। ਮੇਰਾ ਮਤਲਬ ਹੈ ਕਿ ਮੈਂ ਇਸ ਕਹਾਣੀ ਦਾ ਕੋਈ ਨਾ ਕੋਈ ਪੱਤਣ ਲਾ ਕੇ ਛੱਡਾਂਗਾ ਮੈਂ। ਹਾਂ, ਪਰ ਮੈਨੂੰ ਇੱਕ ਗੱਲ ਦਾ ਯਕੀਨ ਹੈ ਕਿ ਕੱਸੀ ਨੂੰ ਮਾਰਨ ਪਿੱਛੇ ਵਿਰੋਧੀ ਪਾਰਟੀ ਸਰਕਾਰ ਦਾ ਪੂਰਾ ਹੱਥ ਹੈ। ਬਿਲਕੁਲ। ਓ ਜੀ, ਹੁਣ ਉਹ ਤੁਹਾਡੇ ਵਿਰੋਧੀ, ਫਿਰ ਤੁਸੀਂ ਉਹਨਾਂ ਦੇ ਵਿਰੋਧੀ, ਇਹ ਤੁਹਾਡੇ ਵਿਰੋਧ ਵਿਰੋਧ ਤੁਸੀਂ ਸਾਡਾ ਕੁੰਡਾ ਕਰੀ ਜਾਂਦੇ ਹੋ। ਛੱਡੋ ਪਰੇ, ਅਸੀਂ ਤਾਂ ਜਿਹੜਾ ਕੰਮ ਕਰਨਾ ਉਹਦੇ ਨਾਲ ਹੀ ਢਿੱਡ ਭਰਨਾ। ਲੱਗਦਾ ਜੱਟ ਭਰਾ ਦਾ ਮੂਡ ਖਰਾਬ ਹੋ ਗਿਆ, ਉਹਨੂੰ ਸਾਡਾ ਭਾਸ਼ਣ ਚੰਗਾ ਨਹੀਂ ਲੱਗਿਆ। ਕੋਈ ਗੱਲ ਨਹੀਂ ਜਨਾਬ, ਜਦੋਂ ਤੁਸੀਂ ਨਾ ਰਹੇ ਫਿਰ ਲੋਕ ਤੁਹਾਡੇ ਭਾਸ਼ਣ ਨੂੰ ਤਰਸਿਆ ਕਰਨਗੇ। ਨਾ ਰਹੇ, ਮੇਰਾ ਮਤਲਬ ਜਨਾਬ, ਜਦੋਂ ਤੁਸੀਂ ਇੱਥੇ ਨਾ ਰਹੇ ਫਿਰ ਲੋਕ ਆਖਿਆ ਕਰਨਗੇ ਮੰਤਰੀ ਜੀ ਪਿੰਡ ਆਉਣ, ਭਾਸ਼ਣ ਦੇਣ, ਪਰ ਤੁਸੀਂ ਕਦੇ ਨਹੀਂ ਆਉਣਾ। ਹਾਂ, ਮੈਂ ਨਹੀਂ ਆਉਣਾ, ਪਰ ਮੈਂ ਅੱਜ ਭਾਸ਼ਣ ਜ਼ਰੂਰ ਦੇਣਾ, ਮੈਨੂੰ ਭਾਸ਼ਣ ਦਾ ਬੜਾ ਜ਼ੋਰ ਪਿਆ ਹੋਇਆ। ਚੱਲ ਅਗਲੇ ਪਿੰਡ ਭਾਸ਼ਣ ਦਈਏ, ਅੱਗੇ ਪੜਾਸ ਕੱਢਾਂਗੇ। ਤੁਸੀਂ ਸਾਰੇ ਦੇ ਸਾਰੇ ਨਿਕੰਮੇ ਹੋ, ਕੋਈ ਵੀ ਕੰਮ ਢੰਗ ਨਾਲ ਨਹੀਂ ਕਰਦੇ। ਓਏ, ਮੈਂ ਤੁਹਾਨੂੰ ਕਿਹਾ ਸੀ ਕਿ ਗੱਡੀ ਲੈ ਕੇ ਨਹਿਰ ਦੇ ਪੁਲ ਤੇ ਪਹੁੰਚੋ, ਕਿੱਥੇ ਮਰ ਗਏ ਸਾਰੇ? ਬੋਸ, ਗੱਲ ਤਾਂ ਸੁਣੋ, ਅਸੀਂ ਤਾਂ ਤੁਹਾਡੇ ਕੋਲ ਹੀ ਆ ਰਹੇ ਸੀ, ਉਹ ਕਮਬਖਤ ਥਾਣੇਦਾਰ ਨੇ ਮੂਰੇ ਨਾਕਾ ਲਾਇਆ ਹੋਇਆ ਸੀ, ਸਾਨੂੰ ਵਾਪਸ ਮੁੜਨਾ ਪੈ ਗਿਆ। ਬੋਸ, ਅਸੀਂ ਤਾਂ ਦੂਜੇ ਪਾਸੇ ਦੀ ਪੁਲ ਤੇ ਪਹੁੰਚੇ ਸੀ, ਪਰ ਤੁਸੀਂ ਤਾਂ ਸਾਨੂੰ ਨਜ਼ਰ ਹੀ ਨਹੀਂ ਆਏ। ਹਾਂ, ਮੈਨੂੰ ਪੁਲਿਸ ਵਾਲਿਆਂ ਨੇ ਪਤਾ ਨਹੀਂ ਕਿਹੜੀ ਗੱਲੋਂ ਫੜ ਕੇ ਥਾਣੇ ਦੇ ਅੰਦਰ ਬੰਦ ਕਰ ਦਿੱਤਾ। ਕੀ ਬੋਲੇ ਰੇ ਬੋਸ, ਇਹ ਸਲਾ ਪੁਲਿਸ ਨੇ ਪਕੜ ਕੇ ਤੇਰੇ ਕੋ ਅੰਦਰ ਬੰਦ ਕਰ ਦਿਆ। ਝੂਠਾ ਕੈਸੇ ਰੇ? ਪਤਾ ਨਹੀਂ ਕੀ ਹੋਇਆ, ਅੱਜ ਪੁਲਿਸ ਵਾਲਿਆਂ ਨੇ ਮੈਨੂੰ ਆਪਣੇ ਆਪ ਹੀ ਛੱਡ ਦਿੱਤਾ। ਬੋਸ, ਸਮਾਨ ਕਿੱਥੇ ਆ? ਉਹ ਸਮਾਨ ਪੁਲਿਸ ਦੇ ਕੋਲੇ ਆ, ਪਰ ਪੁਲਿਸ ਨੂੰ ਹਲੇ ਤੱਕ ਇਹ ਨਹੀਂ ਪਤਾ ਕਿ ਉਹਦੇ ਵਿੱਚ ਹੈ ਕੀ। ਤੁਸੀਂ ਉਸ ਖਿਡੌਣੇ ਨੂੰ ਮੇਰੇ ਕੋਲੇ ਲੈ ਕੇ ਆਓ, ਨਹੀਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਕੜਕੱਛਾ ਕਰ ਦੇਗਾ। ਥਾਣੇ ਚ ਮੂੰਹ ਚੱਕਿਆ ਵਾ, ਡਾਂਗ ਦੇ ਦੂੰ,
ਨਾਸਾਂ ਦੇ ਜਨਾਬ ਅਸੀਂ ਕਰੰਟ ਜਨਾਬ ਅਸੀਂ ਬਿਜਲੀ ਮੁਲਾਜ਼ਮ ਹੈ ਅੱਛਾ ਸਰ ਪਾਊਡਰ ਪੂਡਰ ਲਿਖਾਉਣੀ ਹੋਣੀ ਆ ਮੁਨਸ਼ੀ ਕੋਲੇ ਇਹ ਕੰਮ ਹੈ ਮੁਨਸ਼ੀ ਦਾ ਇਹ ਪਹਿਲਾਂ ਮੈਨੂੰ ਆਪਦਾ ਕੰਮ ਕਰਨ ਹੱਥ ਖੜੇ ਕਰਾ ਲੈ Thank you.
ਕੀ ਬਰਾਤ ਲਈ ਫਿਰਦਾ? ਉਹ ਬਰਾਤ ਨੀ ਆ ਗਈ ਬੱਚਾ, ਇਹ ਮੇਰੇ ਸਾਥੀ ਨੇ। ਸਾਨੂੰ ਪਤਾ ਲੱਗਿਆ ਤੁਹਾਡੇ ਡੇਰੇ ਦੇ ਵਿੱਚ ਬੜਾ ਵੱਡਾ ਨਾਗ ਹੈ, ਨਾਗ ਦਾ ਬੱਚਾ ਵੀ ਹੈ। ਓਏ ਇੱਥੇ ਨਾਗ ਨੂੰ ਕੋਈ ਨੀ, ਊ ਨਾਗ ਨੀ ਇਹ ਜੇ ਖਾਣੀ ਤਾਂ ਉਹ ਖਾ ਲਓ। ਉਹ ਨਾਗਣੀ ਵੀ ਖਾ ਲਾਂਗੇ ਉਹ ਬੱਚਾ, ਇਹ ਤੂੰ ਨਾਗਣੀ ਫਾੜੇ ਤੇ ਤੂੰ। ਓਏ ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ ਬੱਚਾ, ਗੁੱਸੇ ਨਾ ਹੋਵੋ, ਤੁਹਾਡੇ ਅੰਦਰ ਬੜਾ ਵੱਡਾ ਨਾਗ ਹੈ, ਸਾਨੂੰ ਫੜਨਾ ਪੈਣਾ। ਇੱਥੇ ਕੋਈ ਨਾਗ ਨੀ। ਉਹ ਹੈਗਾ ਬੱਚਾ, ਹੈਗਾ, ਸਾਡੀ ਛੁੰਗਣ ਸ਼ਕਤੀ ਦੱਸਦੀ ਹੈ। ਮਤਲਬ ਸਾਨੂੰ ਪਤਾ ਰਸਤਾ ਕਿੱਧਰ ਹੈ। ਮਸੀ ਮਸੀ ਦਾ ਬੌਸ ਛੁੱਟ ਕੇ ਆਏ ਨੇ,
ਤੇ ਤੂੰ ਹੁਣ ਉਹਨਾਂ ਨੂੰ ਫੇਰ ਖਲੋਣ ਦੀ ਕੋਸ਼ਿਸ਼ ਕਰ ਰਿਹਾ। ਸੁੰਦਰ ਪਰੀ ਬੀੜੀ ਕੇ ਟੋਟੇ ਸਾਰੇ ਗੁਣ ਮੈਂ ਤੇਰੇ ਕੋ ਪੀ ਜਾਊਂਗਾ। ਬਸ ਕੈਸਾ ਰਹਾ ਆਈਡੀਆ? ਤੁਮ ਅੰਦਰ ਔਰ ਮਾਲ ਬਾਹਰ। ਠੀਕ ਹੈ ਜੀ,
ਪਰ ਐ ਤਾਂ ਨਹੀਂ ਨਾ ਜੀ ਸਿੱਖਿਆ ਜਾਣਾ ਇਦਾਂ ਥੋੜਾ ਬੱਚੇ ਜੀ ਮੈਂ ਕਾਹ ਖਾਰਾ ਜੀ ਤੋ ਰਹੇ ਚੋਰ ਤੇ ਜੀ ਮੇਰੇ ਚੋਰ ਤੋ ਜੀ ਅਸੀਂ ਹੈਗੇ ਆ ਖਾਨਦਾਨੀ ਬਦਮਾਸ਼ ਤੇ ਆ ਜਿਹੜੇ ਮੇਰੇ ਨਾਲ ਨੇ ਜੀ ਇਹ ਮੇਰਾ ਸਾਰਾ ਗੈਂਗ ਆ ਜੀ ਬਹੁਤ ਖਤਰਨਾਕ ਡਾਕੂ ਨੇ ਜੀ ਤੇ ਗੈਂਗ ਕੀ ਹੁੰਦਾ ਓਏ ਸ਼ਟ ਅਪ ਜਦੋਂ ਦੋ ਗੈਂਗਾਂ ਦੇ ਸੀਨੀਅਰ ਬੰਦੇ ਗੱਲਾਂ ਕਰਦੇ ਹੁੰਦੇ ਵਿੱਚ ਬਕਵਾਸ ਨਹੀਂ ਮਾਰੀ ਜਾਂਦੀ ਸਮਝ ਗਏ ਉਹ ਗੱਲ ਆਏ ਆ ਜੀ ਇਹ ਸੇਠ ਮੋਟਰਸਾਈਕਲ ਤੇ ਆ ਰਿਹਾ ਸੀ ਸੂਏ ਦੀ ਪੱਟੜੀ ਅਸੀਂ ਇਹਨੂੰ ਰਸਤੇ ਦੇ ਵਿੱਚ ਘੇਰ ਲਿਆ ਅਸੀਂ ਇਹਦਾ ਮੋਬਾਈਲ ਖੋਲ੍ਹਣ ਦੀ ਕੋਸ਼ਿਸ਼ ਕੀਤੀ ਇਹਦਾ ਮੋਟਰਸਾਈਕਲ ਖੋਲ੍ਹਣ ਦੀ ਕੋਸ਼ਿਸ਼ ਕੀਤੀ ਇਹਦੇ ਪੈਸੇ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਖੋਇਆ ਕੁਛ ਨਹੀਂ ਅਸੀਂ ਇਹਦੀ ਕੁੱਟਮਾਰ ਜ਼ਰੂਰ ਕੀਤੀ ਹੈ ਜੀ ਹੁਣ ਗੱਲ ਐਂ ਜੀ ਇਹ ਆਹ ਫੜੋ ਫਾਈਲ ਤੁਸੀਂ ਇਸ ਸੇਠ ਵੱਲੋਂ ਸਾਡੇ ਦੇ ਉੱਤੇ ਮੁਕੱਦਮਾ ਦਰਜ ਕਰੋ ਇਹਦੇ ਕਰਾਓ ਸਾਈਨ ਤੇ ਸਾਡੇ ਦੇ ਉੱਤੇ ਦਫਾ ਪਾ ਕੇ ਸਾਨੂੰ ਸਿੱਧਾ ਜੇਲ੍ਹ 'ਚ ਭੇਜੋ ਆਹ ਤੂੰ ਮੂੰਹ ਕਾਹਤੋਂ ਬੰਨਿਆ ਹੋਏ ਉਹ ਤਾਂ ਜੀ ਉਹ ਮੇਰਾ ਮੂੰਹ ਦਿਖਦਾ ਜੀ ਮੂੰਹ ਦਿਖਦਾ ਜੀ ਜੇਲ੍ਹ ਜਾਣ ਦਾ ਕੀ ਸ਼ੌਕ ਹੈ ਤੈਨੂੰ ਉਹ ਜੇਲ੍ਹ 'ਚ ਜੀ ਉਹ ਕੰਮ ਹੈ ਜੀ ਥੋੜ੍ਹਾ ਜਿਹਾ ਮੇਰਾ ਮਤਲਬ ਕੇਸ ਬਣਦਾ ਜੀ ਧੱਕੋ ਵਿਕਰ ਸਿਆ ਪਹਿਲੀ ਵਾਰ ਦੇਖਿਆ ਕੋਈ ਗੁੰਡੇ ਆਪਣੇ ਤੇ ਆਪ ਪਰਚਾ ਦਰਜ ਕਰਾਉਂਦੇ ਹੋਣ ਕਿਉਂ ਵੀ ਲਾਲਾ ਕੁੱਟਿਆ ਇਹਨਾਂ ਨੇ ਤੈਨੂੰ ਨਹੀਂ ਜੀ ਮੇਰੇ ਛੋਟੇ ਛੋਟੇ ਬੱਚੇ ਜੀ ਤਾਂ ਪੜੇ ਅੱਛੇ ਇਨਸਾਨ ਜੀ ਇਹ ਤਾਂ ਮਜ਼ਾਕ ਕਰਦੇ ਮਜ਼ਾਕ ਮਜ਼ਾਕ ਵੀ ਮੇਰੇ ਬਾਹਰ ਲਿਆ ਜੀ ਸਾਲਿਆ ਕੁੱਤਿਆ ਕਮੀਨਿਆ ਹਰਾਮ ਜਾਦਿਆ ਤੂੰ ਦੱਸਦਾ ਕਿਉਂ ਨਹੀਂ ਇਹਨਾਂ ਨੂੰ ਕਿ ਅਸੀਂ ਨਹਿਰ ਦੇ ਉੱਤੇ ਤੇਰਾ ਗੜਗੱਛਾ ਕਰਕੇ ਲੈ ਕੇ ਆਏ ਆ ਜਾਦਵੇ ਜਾਦੇ ਗੁੰਡੇ ਤੇ ਭਾਸ਼ਾ ਪੁਲਿਸ ਦੀ ਨਾਲ ਦੀ ਗਈ ਸਰਕਾਰ ਲੈਨੇ ਹੋਏ ਉਹ ਤੂੰ ਟਿੱਕੇ ਬੈਠਾ ਰਹਿ ਇਧਰ ਆ ਓਏ ਇਧਰ ਅਸੀਂ ਤੈਨੂੰ ਕੁਛ ਨਹੀਂ ਕਹਿੰਦੇ ਹੈਗੇ ਜੋ ਜੋ ਗੱਲ ਹੋਈ ਹੈ ਨਾ ਤੇਰੇ ਨਾਲ ਜਿਵੇਂ ਅਸੀਂ ਤੈਨੂੰ ਦੋ ਵਾਰੀ ਕੁੱਟਿਆ ਕੁੱਟਿਆ ਨਾ ਤੈਨੂੰ ਦੋ ਵਾਰੀ ਕਹਿ ਕੁੱਟਿਆ ਕਹਿ ਕੁੱਟਿਆ ਕਹਿ ਕੁੱਟਿਆ ਕਹਿ ਕੁੱਟਿਆ ਆ ਦੇਖੋ ਜੀ ਸਿਰ ਮਾਰਦਾ ਕਹਿੰਦਾ ਕੂਟਾ ਹੈ ਅਵੇ ਓ ਮਾਂ ਮਾਂ ਮੁਰਗੀ ਦੇ ਅੰਡੇ ਸਾਰੇ ਆਮਲੇਟ ਬਣਾ ਕੇ ਖਾ ਜੇਗਾ ਤੇਰਾ ਅਭੀ ਸੱਚ ਵਿੱਚ ਕੁੱਤਾ ਦੇ ਮਰਨਾ ਇਨਕੋ ਓਏ ਸ਼ਕਤੀਪੁਰ ਦੀ ਔਲਾਦ ਐ ਜਾ ਪਤਾ ਫੇਰੂ ਧਰ ਕੇ ਸਾਰੇ ਵਰਜੇ ਨਿਕਲ ਜਾਣਗੇ ਤੇ ਕਰਕੇ ਸਾਰੇ ਤੇ ਕਤੀਲ ਖਾਨਾ ਮਿੱਤਰਾ ਆਪਣੀ ਕੋਈ ਆਖਰੀ ਖਾਹਿਸ਼ ਆ ਆਖਰੀ ਖਾਹਿਸ਼ ਤਾਂ ਆਇਆ ਵੀ ਇੱਕ ਤਾਂ ਮੇਰੇ ਤੋਂ ਕੁੜੀ ਚੱਕ ਲਓ ਤੇ ਇੱਕ ਮੇਰਾ ਖਿਡੌਣਾ ਦੇ ਲਓ
ਸਾਲਾ ਖਿਡਾਉਣੇ ਦਾ ਖਿਡਾਉਣਾ ਖਿਡਾਉਣਾ ਲਾਈਆ ਦਿਮਰ ਮੋਟਰ। ਹਾਂਜੀ ਜਨਾਬ, ਮੈਂ ਤੁਹਾਨੂੰ ਪੂਰਾ ਕਰਦਾ, ਜੇ ਆਪਾਂ ਬੰਨਾ ਨਾਲੋਂ ਭਜਾ ਕੇ ਪਿੱਠ 'ਚ ਗੋਲੀ ਮਾਰੀਏ ਇਸੇ ਸਿਆਣਪ ਲੱਗਦੀ ਹੈ ਜੀ। ਉਹ ਇੰਝ ਕਰੋ, ਇਹਨੂੰ ਪਹਿਲਾਂ ਕੁਝ ਖਵਾ ਦਿਓ, ਭੁੱਖਾ ਬੰਦਾ ਕਿਸੇ ਨੂੰ ਕੀ ਰਜਾਊ ਯਾਰ। ਨਹੀਂ ਪਹਿਲਾਂ ਆਏ ਰੱਬਾ ਮੈਨੂੰ ਲੈ ਜਾ, ਜਦੋਂ ਤੁਸੀਂ ਇੰਨੀ ਸੀਰੀਅਸ ਕਿ ਲੈ ਜਾਣ ਲੱਗ ਜਾ ਮੈਨੂੰ ਲੈ ਜਾ ਮਾਰਾਂਗੇ। ਜ਼ਿੰਦਗੀ ਇੱਕ ਸਫ਼ਰ ਹੈ।
ਐ ਸੁਹਾਨਾ ਜਹਾਂ ਕੱਲ ਕਿਆ ਹੋ ਕਿਸਨੇ ਜਾਣਾ। ਤੁਸੀਂ ਤਾਂ ਜੀ ਰੋਜ਼ ਉਹਨਾਂ ਦੇ ਨਾਲ ਰਹਿੰਦੇ ਹੋ, ਤੁਸੀਂ ਤਾਂ ਰੋਜ਼ ਉਹਨਾਂ ਦੀ ਆਵਾਜ਼ ਸੁਣਦੇ ਹੋਵੋਗੇ। ਓਏ ਮੂਰਖਾ, ਬੜੀ ਲੰਬੀ ਤਕਰੀਰ ਦੇ ਗਿਆ। ਓਏ ਮੈਂ ਉਸ ਮਹਾਨ ਗਾਇਕ ਕਿਸ਼ੋਰ ਕੁਮਾਰ ਦੀ ਗੱਲ ਨਹੀਂ ਕਰਦਾ ਜਿਹੜਾ ਮਿੱਠੀ ਮਿੱਠੀ ਆਵਾਜ਼ 'ਚ ਮਿੱਠੇ ਮਿੱਠੇ ਗਾਣੇ ਗਾਉਂਦਾ ਸੀ, ਬੜਾ ਕੰਨਾਂ 'ਚ ਰਸ ਘੋਲਦਾ ਸੀ। ਓਏ ਮੈਂ ਉਸ ਕਿਸ਼ੋਰ ਕੁਮਾਰ ਮੰਤਰੀ ਦੀ ਗੱਲ ਕਰਦਾ ਜਿਹੜਾ ਸਮਾਜ ਕਲਿਆਣ ਮੰਤਰੀ ਹੈ, ਅਤੇ ਉਹਦੀ ਆਵਾਜ਼ ਕੰਨਾਂ 'ਚ ਰਸ ਨਹੀਂ ਘੋਲਦੀ ਸਗੋਂ ਪਿਓ ਘੋਲਦੀ ਹੈ, ਅਤੇ ਤੈਂ ਕਦੇ ਉਹਦਾ ਲੈਕਚਰ ਸੁਣਿਆ ਨਹੀਂ ਹੋਣਾ। ਨਹੀਂ ਜੀ ਨਹੀਂ, ਕਦੇ ਦਰਸ਼ਨ ਹੋਏ ਨਹੀਂ। ਖੈਰ ਸੁਖਦੇਵ ਸਿਆ ਦਰਸ਼ਨ ਕਰੀ ਵੀ ਨਾ, ਉਹ ਜਿਹੜੇ ਨਵੇਂ ਥਾਣੇਦਾਰ ਜੀ ਆਏ ਨੇ ਉਹਦੇ ਵੀ ਮੈਨੂੰ ਦਰਸ਼ਨ ਨਹੀਂ ਹੋਏ, ਕਿਤੇ ਗਏ ਹੋਏ ਨੇ। ਸਰਦਾਰ ਇੰਦਰਜੀਤ ਸਿੰਘ ਨੇ ਸਾਡੇ ਨਵੇਂ ਥਾਣੇਦਾਰ ਸਾਹਿਬ ਇਲਾਕੇ ਚ ਗਏ ਨੇ ਜੀ ਮਿਸ਼ਨ ਤੇ, ਬਸ ਆਉਣ ਹੀ ਵਾਲੇ ਨੇ। ਆ ਲਓ ਜੀ ਆ ਹੀ ਗਏ ਨੇ ਪੀਏ ਸਾਹਿਬ। ਮੁੰਸ਼ੀ ਜੀ ਆ ਸਾਹਿਬ ਦੇ ਟੇਬਲ ਤੇ ਲੱਡੂਆਂ ਦੇ ਡੱਬੇ ਕਿਵੇਂ ਬਈ? ਲੱਡੂਆਂ ਦੇ ਡੱਬੇ ਨਹੀਂ ਜੀ, ਸਗੋਂ ਲੱਡੂ ਬਰਫੀ ਦੇ ਡੱਬੇ ਲੈ ਕੇ ਆਇਆ। ਹੈ ਜਨਾਬ, ਇਹ ਮਦਨ ਲਾਲ ਜੀ ਨੇ ਆਪਣੇ ਮੰਤਰੀ ਸਾਹਿਬ ਦੇ ਪੀਏ, ਵੈਸੇ ਇਹਨਾਂ ਨੂੰ ਪਿਆਰ ਨਾਲ ਲੱਡੂ ਵੀ ਕਹਿੰਦੇ ਨੇ। ਅੱਛਾ ਅੱਛਾ ਅੱਛਾ, ਬੈਠੋ ਬੈਠੋ ਜਨਾਬ, ਚਾਹ ਪਾਣੀ ਪੁੱਛਿਆ ਕਿ ਨਹੀਂ? ਜਨਾਬ ਹੁਣੇ ਆਏ ਸੀ, ਬਸ ਚਾਹ ਪਾਣੀ ਪਿਆਉਣੇ ਆ। ਅੱਛਾ ਅੱਛਾ ਅੱਛਾ, ਖੈਰ ਡੱਬੇ ਚੋ ਭਾਵੇਂ ਲੱਡੂਆਂ ਦੀ ਥਾਂ ਬਰਫੀ ਹੈ, ਪਰ ਖੁਸ਼ਬੂ ਮੈਨੂੰ ਲੱਡੂਆਂ ਦੀ ਆਉਂਦੀ ਹੈ। ਲੱਡੂਆਂ ਦਾ ਆਪਦਾ ਟੇਸਟ ਹੈ ਮੁੰਸ਼ੀ ਜੀ, ਕਿਉਂ ਲੱਡੂ ਜੀ? ਮੂਰਖਤਾ ਨਾ ਕਰ, ਲੱਡੂਆਂ ਦੇ ਚੱਕਰ ਚ ਬਾਲੋ ਸ਼ਾਹੀ ਤੋਂ ਵੀ ਜਾਵੇਗਾ। ਥਾਣੇਦਾਰ ਸਾਹਿਬ, ਸਾਡੇ ਮੰਤਰੀ ਸਾਹਿਬ ਨੇ ਤੁਹਾਡੇ ਲਈ ਸਪੈਸ਼ਲ ਮਠਿਆਈ ਦੇ ਡੱਬੇ ਭੇਜੇ ਨੇ, ਇੱਕ ਚ ਬਰਫੀ ਹੈ ਤੇ ਦੂਜੇ ਚ ਮਨੀ। ਓਏ ਕੀ ਮਜ਼ਾਕ ਹੈ, ਤੂੰ ਮੈਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਦਾ? ਚੱਲ ਭੱਜਣ ਚੱਕ ਚੱਲ। ਸਵਾਦ ਆ ਗਿਆ, ਸਵਾਦ ਆ ਗਿਆ। ਉਹ ਜ਼ਿੰਦਗੀ 'ਚ ਪਹਿਲੀ ਵਾਰੀ ਕੋਈ ਇਹੋ ਜਿਹਾ ਥਾਣੇਦਾਰ ਗੈਰਤਮੰਦ ਵੇਖਣ ਨੂੰ ਮਿਲਿਆ ਮੈਨੂੰ। ਪੂਰੇ ਮਹਿਕਮੇ ਦੀ ਸ਼ਾਨ ਨੂੰ ਬਰਕਰਾਰ ਰੱਖੂ ਇਹ ਥਾਣੇਦਾਰ। ਥਾਣੇਦਾਰ ਸਾਹਿਬ, ਵੈਸੇ ਤੁਸੀਂ ਬਰਫੀ ਦਾ ਖਾਈ ਲਿਓ। ਚੰਗਾ ਜੀ, ਸਤਿ ਸ੍ਰੀ ਅਕਾਲ, ਮੈਂ ਚੱਲਦਾ। ਹਾਂ ਸੱਚ ਹੌਲਦਾਰਾ, ਆ ਤੂੰ ਵੀ ਲੱਡੂ ਖਾਣੇ ਬੰਦ ਕਰ ਦੇ, ਜਿੱਦਣ ਇੱਕ ਅੱਧਾ ਲੱਡੂ ਸੰਘ ਚੜ ਗਿਆ ਨਾ, ਹੈ ਪਾਣੀ ਦੇ ਘਰ ਨੂੰ ਵੀ ਹਟ ਜੂਗਾ। ਇਹ ਜਿਹੜੇ ਪੀ ਹੁੰਦੇ ਨਾ, ਇਹਨਾਂ ਨੂੰ ਮਜ਼ਾਕ ਕਰਨ ਦੀ ਬਹੁਤ ਆਦਤ ਹੁੰਦੀ ਹੈ। ਲਓ ਤੁਸੀਂ ਲਓ ਬਰਫੀ, ਲਓ ਲਓ ਚੱਕੋ ਜਨਾ, ਤੂੰ ਵੀ ਲੈਣਾ। ਹੋਰ ਮੁਨਸ਼ੀ ਜੀ ਕੀ ਰਿਪੋਰਟ ਆ? ਜਨਾਬ ਬਾਕੀ ਤਾਂ ਠੀਕ ਠਾਕ ਆ, ਐਸਐਸਪੀ ਸਾਹਿਬ ਦੇ ਦਫ਼ਤਰ ਚੋਂ ਆ ਫਾਈਲ ਆਈ ਆ, ਮੈਂ ਹਜੇ ਪੜ੍ਹੀ ਨਹੀਂ। ਛੇਤੀ ਲਿਆਓ ਕਿਤੇ ਨਿਕਲ ਨਾ ਜਾਵੇ ਕੰਜਰ ਦਾ।
ਪਿਆ ਡੰਡਾ ਮਾਰਦੇ ਨਾ ਬੈਠੇ ਬੰਨਿਆ ਦੀ ਜਨਾ ਮਾਰਦੇ ਓਏ ਤੂੰ ਉਹਨੂੰ ਚੱਜ ਨਾਲ ਬੰਨਿਆ ਨਹੀਂ ਹੋਣਾ ਉਹ ਜਨਾਬ ਇਹਦੇ ਵਾਲੇ ਖੁੱਲੇ ਨੇ ਨਹੀਂ ਬਣਿਆ ਓਏ ਅਸਲ ਤੇ ਦੇ ਵਾਲਾ ਵੀ ਖਲਾਕੀ ਲੈ ਕੇ ਗਿਆ ਓਏ ਤੂੰ ਮੇਰੀ ਤਰੱਕੀ ਚ ਰੋਣਾ ਬਣ ਗਿਆ ਮੇਰੇ ਮੁੰਡੇ ਤੇ ਸਟਾਰ ਹੋਣਾ ਸੀ ਤੇ ਸਭ ਜੀ ਦੇ ਦੋ ਸਟਾਰ ਹੋਣੇ ਸੀ ਤੇ ਮੈਂ ਵੀ ਤਾਂ ਹੌਲਦਾਰ ਬਣਨੀ ਸੀ ਬਣਾਉਣਾ ਤੈਨੂੰ ਹੌਲਦਾਰ ਜਨਾਬ ਇਹਨੂੰ ਹੌਲਦਾਰ ਨਹੀਂ ਮੰਨ ਲੈਣਾ ਇਹ ਤੁਹਾਡੀ ਤਰੱਕੀ ਰਾਜ ਰੋੜਾ ਬਣ ਗਿਆ ਜਨਾਬ ਚੁੱਪ ਸਾਰੇ ਤਰੱਕੀ ਨੂੰ ਰੋਈ ਜਾਂਦੇ ਨੇ ਇੱਥੇ ਸਾਰੇ ਦਰਵਾਜ਼ੇ ਤਰੱਕੀ ਦੇ ਕਿ ਸਾਰੇ ਦਰਵਾਜ਼ੇ ਬੰਦ ਹੋ ਗਏ ਕਿੱਥੇ ਲੱਭਾਂ ਨੂੰ ਮੈਂ ਜੈਨ ਸਰ ਇੰਦਰਜੀਤ ਸਰ ਉਹ ਇਲਾਕੇ 'ਚ ਗਏ ਸੀ ਸ਼ਾਇਦ ਆਉਣ ਹੀ ਵਾਲੇ ਸਰ ਆ ਹੀ ਗਏ ਵੇਖ ਇੰਦਰਜੀਤ ਸਾਡੇ ਇਸ ਇਲਾਕੇ ਵਿੱਚ ਕਰੋੜਾਂ ਰੁਪਈਏ ਦੀ ਸਮਾਇਕ ਆਈ ਜਿਹਦੀ ਫਾਈਲ ਤੈਨੂੰ ਮਿਲ ਚੁੱਕੀ ਯੈਸ ਸਰ ਹਾਲੇ ਤੱਕ ਸਾਡੇ ਡਿਪਾਰਟਮੈਂਟ ਨੂੰ ਉਸ ਗਰੋਹ ਨੂੰ ਗ੍ਰਿਫਤਾਰ ਕਰਨ 'ਚ ਕੋਈ ਕਾਮਯਾਬੀ ਨਹੀਂ ਮਿਲੀ ਤੇਰੇ ਕੋਲ ਕੋਈ ਇਨਫੋਰਮੇਸ਼ਨ ਹੈ ਜੀ ਸਰ ਸਰ ਮੇਰੀ ਪੂਰੀ ਕੋਸ਼ਿਸ਼ ਚੱਲ ਰਹੀ ਹੈ ਤੇ ਮੈਂ ਜਲਦੀ ਹੀ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕਰ ਲਵਾਂਗਾ ਵੇਖੋ ਇੰਦਰਜੀਤ ਇਸ ਮਾਮਲੇ ਵਿੱਚ ਬਿਲਕੁਲ ਵੀ ਕੋਈ ਕੁਤਾਹੀ ਨਹੀਂ ਹੋਣੀ ਚਾਹੀਦੀ ਯੈਸ ਸਰ ਇਸ ਗਰੋਹ ਨੂੰ ਕਿਸੇ ਵੀ ਹਾਲਤ ਵਿੱਚ ਛੇਤੀ ਤੋਂ ਛੇਤੀ ਗ੍ਰਿਫਤਾਰ ਕਰੋ ਤਾਂ ਕਿ ਪੰਜਾਬ ਵਿੱਚ ਸਮੈਕ ਦੀ ਸਮਗਲਿੰਗ ਨੂੰ ਰੋਕਿਆ ਜਾਵੇ ਯੈਸ ਸਰ ਗੁੱਡ ਮੈਨੂੰ ਪੂਰਾ ਭਰੋਸਾ ਹੈ ਕਿ ਤੂੰ ਇਸ ਕੇਸ ਨੂੰ ਛੇਤੀ ਨਿਪਟਾ ਲਏਗਾ ਵੇਖ ਇੰਦਰਜੀਤ ਤੇਰੀ ਬਹਾਦਰੀ ਤੇ ਕਾਬਲੀਅਤ ਨੂੰ ਵੇਖ ਕੇ ਮੈਂ ਤੈਨੂੰ ਇਸ ਡਿਪਾਰਟਮੈਂਟ 'ਚ ਲੈ ਕੇ ਆਇਆ ਤੇ ਹੁਣ ਵਕਤ ਆ ਗਿਆ ਕਿ ਤੂੰ ਆਪਣੀ ਬਹਾਦਰੀ ਤੇ ਕਾਬਲੀਅਤ ਦਾ ਸਬੂਤ ਦੇਵੇਂ ਛੇਤੀ ਤੋਂ ਛੇਤੀ ਇਸ ਗਰੋਹ ਨੂੰ ਗ੍ਰਿਫਤਾਰ ਕਰੇ ਕਦੇ ਵੀ ਇਹ ਨਾ ਸੋਚੀ ਕਿ ਇਸ ਗਰੋਹ ਨੂੰ ਗ੍ਰਿਫਤਾਰ ਕਰਕੇ ਤੈਨੂੰ ਸਿਰਫ ਤਰੱਕੀ ਮਿਲੇਗੀ ਬਲਕਿ ਪੰਜਾਬ ਦੀ ਜਵਾਨੀ ਜਿਹੜੀ ਨਸ਼ਿਆਂ ਵਿੱਚ ਗ੍ਰਸਤ ਹੈ ਉਹਨੂੰ ਬਚਾਉਣ ਵਿੱਚ ਤੇਰਾ ਇੱਕ ਬਹੁਤ ਵੱਡਾ ਯੋਗਦਾਨ ਹੋਏਗਾ ਓਕੇ ਯੈਸ ਸਰ ਗੁੱਡ ਵੈਲ ਡਨ ਆਪਣੀ ਮਹਿਬੂਬਾ ਸਮੈਕ ਦਾ ਨਸ਼ਾ ਜਿਹਦੇ ਨਾਲ ਮੈਂ ਪੂਰੇ ਪੰਜਾਬ ਨੂੰ ਦੀਵਾਨਾ ਬਣਾ ਦਿਆਂਗਾ ਪੂਰੇ ਪੰਜਾਬ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਪਰ ਮੇਰੇ ਆਪਣੇ ਸਾਥੀ ਹੀ ਗਦਾਰ ਨਿਕਲੇ ਜਿਹੜੇ ਮੇਰੇ ਮਿਸ਼ਨ ਨੂੰ ਫਲੋਪ ਕਰਨ ਤੇ ਲੱਗੇ ਹੋਏ ਨੇ ਮੇਰਾ ਕਰੋੜਾਂ ਦਾ ਮਾਲ ਗਾਇਬ ਹੋ ਗਿਆ ਦੱਸ ਕੁੱਤਿਆ ਮਾਲ ਕਿੱਥੇ ਹੈ ਦੱਸ ਸਰ ਮੈਂ ਕੋਈ ਗੁਜ਼ਾਰੀ ਨਹੀਂ ਕੀਤੀ ਪੁਲਿਸ ਨੇ ਉਹ ਖਿਡੌਣਾ ਮੇਰੇ ਕੋਲੋਂ ਖੋ ਲਿਆ ਝੂਠ ਜੇ ਪੁਲਿਸ ਨੇ ਉਹ ਖਿਡੌਣਾ ਤੇਰੇ ਕੋਲੋਂ ਖੋ ਲਿਆ ਹੁੰਦਾ ਤਾਂ ਇਹਦੀ ਚਰਚਾ ਸ਼ਰੇਆਮ ਹੁੰਦੀ ਇਹਦੀ ਪੇਪਰਾਂ ਵਿੱਚ ਕੋਈ ਖਬਰ ਕਿਉਂ ਨਹੀਂ ਆਈ ਅਸਲ ਵਿੱਚ ਪੁਲਿਸ ਨੂੰ ਇਹ ਨਹੀਂ ਪਤਾ ਕਿ ਉਹ ਖਿਡੌਣੇ ਦੇ ਵਿੱਚ ਸਮੈਕ ਹੈ
ਨਾ ਪੁਲਿਸ ਨੇ ਤੇਰੇ ਕੋਈ ਡੰਡਾ ਮਾਰਿਆ ਹੈ ਤੇ ਨਾ ਪੁਲਿਸ ਨੂੰ ਪਤਾ ਹੈ ਕਿ ਉਸ ਖਿਡੌਣੇ ਵਿੱਚ ਕੀ ਹੈ। ਓਏ ਕੰਜਰਾ, ਜੇ ਕੋਈ ਝੂਠੀ ਕਹਾਣੀ ਬਣਾਉਣੀ ਵੀ ਸੀ ਤਾਂ ਕੋਈ ਚੱਜ ਦੀ ਕਹਾਣੀ ਬਣਾਉਂਦਾ। ਜਿਉਂਦਾ ਰਹਿ ਬੇਟਾ। ਇਹ ਕਿਹਦਾ ਫੋਨ ਸੀ? ਕੁਛ ਨਹੀਂ, ਜਨਰਲ ਇਨਫੋਰਮੇਸ਼ਨ ਸੀ। ਹਲੋ ਵੀਰ ਜੀ, ਪਾਪਾ ਜ਼ਰੂਰ ਦੇ ਦਿਓ। ਜ਼ਰੂਰ। ਅੱਛਾ ਵੀ ਮੈਂ ਚੱਲ। ਕੀ ਗੱਲ ਬੇਟਾ, ਆਇਆ ਤੇ ਗਿਆ ਵੀ, ਕੋਈ ਚਾਹ ਪਾਣੀ ਤਾਂ ਪੀ ਜਾਂਦਾ। ਹਾਂ, ਮੈਨੂੰ ਥੋੜ੍ਹੀ ਜਲਦੀ ਹੈ। ਜੀ ਆਸ਼ੀਰਵਾਦ ਦਿਓ, ਮੈਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਜਾਵਾਂ। ਮੈਂ ਫਿਰ ਆਵਾਂ। ਇਹ ਕਿਹੜੇ ਮਿਸ਼ਨ ਦੀ ਗੱਲ ਕਰ ਰਿਹਾ? ਹਾਂਜੀ, ਕੀ ਮਿਸ਼ਨ ਹੈ ਆਪਣੇ ਇੰਦਰਜੀਤ ਦਾ? ਮਿਸ਼ਨ? ਹੈ ਬਹੁਤ ਹੀ ਇੰਪੋਰਟੈਂਟ ਮਿਸ਼ਨ।
ਥਾਣੇਦਾਰਾ, ਇਹ ਤੇ ਸਾਡੇ ਕੋਲ ਬਹੁਤ ਨੇ। ਸਰ ਤੁਸੀਂ ਆ ਕੀ ਭੇਸ ਬਣਾ ਰੱਖਿਆ? ਹਾਂ, ਮੈਂ ਸਮਾਜ ਕਲਿਆਣ ਮੰਤਰੀ ਕਿਸ਼ੋਰ ਕੁਮਾਰ, ਇਹ ਸਾਰੀ ਕਹਾਣੀ ਦਾ ਸੂਤਰਧਾਰ ਮੈਂ ਹੀ ਹਾਂ। ਇਹ ਤੇ ਸਾਡਾ ਮੋਹਰਾ ਸੀ ਤੇ ਹੁਣ ਸਾਡੇ ਲਈ ਚੱਲਿਆ ਹੋਇਆ ਸਿਰਫ ਇੱਕ ਕਾਰਤੂਸ ਤੇ ਜੋ ਮਾਲ ਮੈਨੂੰ ਚਾਹੀਦਾ ਸੀ ਉਹ ਤੇਰੇ ਕੋਲ ਥਾਣੇਦਾਰਾ, ਉਹ ਮਾਲ ਸਾਨੂੰ ਦੇ ਦੇ। ਸਰ ਮਾਲ ਕਿਹੜਾ ਮਾਲ? ਓਏ ਥਾਣੇਦਾਰਾ, ਹੁਣ ਅਸੀਂ ਪੁੱਛਣ ਦੱਸਣ ਤੇ ਰਹੀਏ, ਪਹਿਲਾਂ ਉਹ ਤੋਂ ਪੁੱਛਦਾ ਰਿਹਾ ਕਿ ਮਾਲ ਕਿੱਥੇ ਹੈ ਤੇ ਹੁਣ ਤੈਨੂੰ ਦੱਸੀਏ ਕਿ ਖਿਡੌਣਾ ਕਿੱਥੇ ਹੈ? ਦੱਸ ਖਿਡੌਣਾ ਕਿੱਥੇ ਹੈ ਜਿਹੜਾ ਤੂੰ ਉਹ ਤੋਂ ਲਿਆ ਸੀ? ਖਿਡੌਣਾ? ਮੈਂ ਕੋਈ ਜਵਾਕ ਆ? ਕਮੇਡੀ ਨਹੀਂ, ਕਮੇਡੀ ਨਹੀਂ ਥਾਣੇਦਾਰਾ, ਛੇਤੀ ਦੱਸ ਉਹ ਖਿਡੌਣਾ ਕਿੱਥੇ ਹੈ। ਮੈਂ ਸੱਚ ਕਹਿੰਦਾ ਮੇਰੇ ਕੋਲ ਕੋਈ ਖਿਡੌਣਾ ਨਹੀਂ। ਏ ਬਾਸ, ਇਹਦਾ ਝੂਠ ਬੋਲਤਾ, ਖਿਡੌਣਾ ਵੋ ਰਹਾ ਗਾੜੀ ਮੇ। ਵੇਖਿਆ ਥਾਣੇਦਾਰਾ, ਸਾਡੀ ਚੀਜ਼ ਸਾਡੇ ਕੋਲ ਆਪਣੇ ਆਪ ਪਹੁੰਚ ਗਈ ਹੈ। ਜਾਏ ਖਿਡੌਣਾ ਚੁੱਕ ਕੇ ਲੈ ਗਿਆ ਗੱਡੀ ਚੋਂ।
ਖੋਲ ਦੇ ਰਸਾ ਖੋਲ ਦੇ ਮੇਰੇ ਕੋਈ ਟਾਈਮ ਨਹੀਂ ਨਬਰੀ ਘੱਟ ਹੈ ਫੇਰ ਭਾਈ ਮੇਰੇ ਰਸਾ ਖੋਲ ਦੇ ਆਹ ਕੌਣ ਆ ਗਿਆ ਸਾਲਾ ਨਵੇਂ ਇੱਥੇ ਮਰਨ ਲਈ ਖਟਾਉਣਾ ਤਾਂ ਐ ਚੁੱਕੀ ਖੜਾ ਜਿਵੇਂ ਆਪਦਾ ਹੀ ਹੋਵੇ
ਤੇਰਾ ਕੋਈ ਸਗਾ ਭਰਾ ਤਾਂ ਨਹੀਂ? ਨਹੀਂ। ਫਿਰ ਤਾਂ ਤੂੰ ਸਮਾਜ ਕਲਿਆਣ ਮੰਤਰੀ ਲੱਗਦਾ। ਹਾਂ, ਮੈਂ ਸਮਾਜ ਕਲਿਆਣ ਮੰਤਰੀ ਹਾਂ। ਬੜਾ ਸਮਾਜ ਦਾ ਕਲਿਆਣ ਕੀਤਾ, ਹੁਣ ਮੈਂ ਤੇਰਾ ਕਲਿਆਣ ਕਰਦਾ। ਇੰਦਰਜੀਤ ਸ਼ਾਬਾਸ਼, ਵੈਲ ਡਨ, ਆਈ ਪ੍ਰਾਊਡ ਆਫ ਯੂ, ਮੈਨੂੰ ਤੇਰੇ ਤੇ ਮਾਣ ਹੈ। ਤੂੰ ਨੇਤਾਗਰੀ ਦੇ ਲਿਬਾਸ 'ਚ ਸਿਰਫ ਦੇਸ਼ ਦੇ ਦੁਸ਼ਮਣਾਂ ਦਾ ਪਰਦਾਫਾਸ਼ ਨਹੀਂ ਕੀਤਾ, ਸਗੋਂ ਕਰੋੜਾਂ ਰੁਪਈਆਂ ਦੀ ਸਮਾਇਕ ਜਿਹਨੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨਾ ਸੀ ਉਸ ਨੂੰ ਬਰਾਮਦ ਕਰਕੇ ਪੰਜਾਬ ਦੇ ਭਵਿੱਖ ਨੂੰ ਬਚਾ ਲਿਆ ਹੈ। ਅਤੇ ਤੂੰ, ਸ਼ੱਕ ਤਾਂ ਸਾਨੂੰ ਪਹਿਲਾਂ ਵੀ ਤੇਰੇ 'ਤੇ ਸੀ, ਪਰ ਇਸ ਗੰਦੀ ਰਾਜਨੀਤੀ ਨੇ ਹਮੇਸ਼ਾ ਕਾਨੂੰਨ ਦੇ ਰਾਜ ਰੋੜਾ ਆਲਾ ਹੀ ਰੱਖਿਆ। ਲੋਕ ਕੀ ਉਮੀਦਾਂ ਲੈ ਕੇ ਤੁਹਾਨੂੰ ਚੁਣਦੇ ਨੇ, ਤੇ ਤੁਸੀਂ ਸਿਰਫ ਆਪਣੇ ਛੋਟੇ ਜਿਹੇ ਲਾਲਚ ਲਈ ਉਹਨਾਂ ਲੋਕਾਂ ਦੇ ਬੱਚਿਆਂ ਨੂੰ ਨਸ਼ਿਆਂ ਦੇ ਦਲਦਲ ਤੱਕ ਦਿੰਦੇ ਹੋ। ਲਾਣਤ ਹੈ ਤੁਹਾਡੇ ਤੇ। ਓਏ ਜਾਗੋ, ਓਏ ਪੰਜਾਬੀਓ, ਜਾਗੋ। ਪਹਿਲਾਂ ਸਿਰਫ ਤੁਹਾਡੇ ਮੁੰਡੇ ਨਸ਼ੇ ਕਰਦੇ ਸੀ, ਹੁਣ ਤੁਹਾਡੀਆਂ ਤੀਆਂ ਭੈਣਾਂ ਵੀ ਨਸ਼ੇ ਵਿੱਚ ਧੁੱਤ ਹੋ ਕੇ ਪਟਿਆਲੇ ਦੀਆਂ ਸੜਕਾਂ ਤੇ ਨੰਗੀਆਂ ਘੁੰਮਦੀਆਂ ਨੇ। ਅੱਜ ਪਟਿਆਲਾ, ਕੱਲ ਕਿਤੇ ਹੋਰ, ਪਰਸੋਂ ਕਿਤੇ ਹੋਰ। ਲਾਣਤ ਹੈ ਤੁਹਾਡੀ ਇਹੋ ਜਿਹੀ ਗੈਰਤ ਤੇ। ਸਭ ਕੁਝ ਵੇਖਦੇ ਹੋ ਪਰ ਕਰਦੇ ਕੁਝ ਨਹੀਂ। ਆਪਣੇ ਆਪ ਤੇ ਸਵਾਲ ਕਰੋ, ਕਿੱਥੇ ਗਈ ਤੁਹਾਡੀ ਗੈਰਤ? ਤੁਹਾਡੀਆਂ ਰਗਾਂ ਵਿੱਚ ਖੂਨ ਦੌੜ ਰਿਹਾ ਜਾਂ ਪਾਣੀ? ਲੈ ਚੱਲੋ ਇਹਨਾਂ ਨੂੰ। ਸਾਹਿਬ ਜੀ, ਹੁਣ ਜਦ ਇਹ ਰੰਗੇ ਹੱਥੀ ਫੜਿਆ ਗਿਆ ਨਾ, ਤਾਂ ਚੰਗੀ ਤਰ੍ਹਾਂ ਰੈਂਗੜਾ ਫਿਰੇ ਉਹਦੇ, ਤਾਂ ਜੋ ਅੱਗੇ ਤੋਂ ਇਹ ਕੋਈ ਇਹੋ ਜਿਹੀ ਗਲਤੀ ਨਾ ਕਰੇ। ਨਹੀਂ ਫਿਰ ਮੇਰੇ ਹਵਾਲੇ ਕਰੋ, ਮੈਂ ਕਰਦਾ ਇੱਥੇ ਖੜਕਾ ਧੜਕਾ।